ਮਿਲਾਵਟ ਵਾਲੀਆਂ ਚੀਜ਼ਾਂ ਵੇਚ ਕੇ ਲੋਕਾਂ ਦੀ ਸਿਹਤ ਦੇ ਨਾਲ ਕੀਤਾ ਜਾ ਰਿਹਾ ਸੀ ਖਲਵਾੜ ਜਦੋਂ ਕਿਸਾਨ ਆਗੂਆਂ ਨੇ ਪਾਲਿਆ ਘੇਰਾ ਫਿਰ ਦੇਖੋ ਕੀ ਹੋਇਆ ਜੀ ਹਾਂ ਦੁੱਧ ਦਹੀਂ ਪਨੀਰ ਅਕਸਰ ਹੀ ਅਸੀਂ ਬਾਹਰੋਂ ਖਰੀਦਦੇ ਆ ਪਰ ਇਹ ਚੀਜ਼ਾਂ ਕਈ ਵਾਰ ਮਿਲਾਵਟੀ ਵੀ ਹੁੰਦੀਆਂ ਨੇ ਪਰ ਜੇਕਰ ਤੁਸੀਂ ਸੋਚੋ ਜਾਂ ਫਿਰ ਦੇਖੋ ਕਿ ਪੈਕੇਟ ਵਾਲੀਆਂ ਚੀਜ਼ਾਂ ਦੇ ਵਿੱਚ ਵੀ ਮਲਾਵਟ ਕਿਤੇ ਜਾ ਰਹੀ ਹੈ ਤਾਂ ਤੁਸੀਂ ਕੀ ਸੋਚੋਗੇ ਕਿਉਂਕਿ ਸਾਰਿਆਂ ਨੂੰ ਲੱਗਦਾ ਹੈ ਕਿ ਪੈਕੇਟ ਵਾਲੀਆਂ ਚੀਜ਼ਾਂ ਦੇ ਵਿੱਚ ਤਾਂ ਮਿਲਾਵਟ ਨਹੀਂ ਹੋ ਸਕਦੀ ਅਜੇ ਹਾਂ ਹੀ ਮਾਮਲਾ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਆਲਮਵਾਲਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਆਲਮਵਾਲਾ ਦੇ ਵਿੱਚ ਕਿਸਾਨ ਆਗਵਾ ਦੇ ਵੱਲੋਂ ਇੱਕ ਵਾਹਨ ਰੋਕਿਆ ਗਿਆ ਜੋ ਡੈਰੀ ਪਦਾਰਥ ਵੇਚਣ ਦਾ ਕੰਮ ਕਰਦਾ ਸੀ ਪਿੰਡ ਵਾਸੀ ਦਾ ਕਹਿਣਾ ਸੀ ਕਿ ਅਸੀਂ ਵੀ ਦੁੱਧ ਦਹੀਂ ਵੇਚਦੇ ਆ ਜਾਂ ਫਿਰ ਸਾਡਾ ਘਰ ਦਾ ਹੀ ਦੁੱਧ ਦਹੀਂ ਖਾਂਦੇ ਆ ਪਰ ਸਾਨੂੰ ਲੱਗਦਾ ਹੈ ਕਿ ਇਸ ਦੇ ਕੋਲ ਜਿਹੜੇ ਪਦਾਰਥ ਨੇ ਉਹ ਸਹੀ ਨਹੀਂ ਹੈਗੇ ਜਿਸ ਤੋਂ ਬਾਅਦ ਉਸ ਨੂੰ ਰੋਕ ਲਿਆ ਗਿਆ ਵਾਹਨ ਨੂੰ ਰੋਕ ਕੇ ਉਸ ਦੇ ਨਾਲ ਗੱਲਬਾਤ ਕੀਤੀ ਗਈ ਉਸ ਦੇ ਪਦਾਰਥ ਚੈੱਕ ਕੀਤੇ ਗਏ ਤਾਂ ਪਾਇਆ ਗਿਆ ਕਿ ਜੋ ਪਨੀਰ ਉਹ ਵੇਚ ਰਿਹਾ ਹੈ ਉਹ ਰਬੜ ਨਾਲੋਂ ਵੀ ਪੈੜਾ ਬਹੁਤ ਹੀ ਸਿਹਤ ਲਈ ਹਾਨੀਕਾਰਕ ਹੈ ਇੱਥੇ ਤੱਕ ਕੀ ਜੋ ਉਹਦੇ ਕੋਲ ਹੋਰ ਪਦਾਰਥ ਸੀ ਦੁੱਧ ਹੋ ਗਿਆ ਦੁੱਧ ਤੇ ਵੀ ਐਕਸਪਾਇਰੀ ਡੇਟ ਵਾਲਾ ਦੁੱਧ ਵੇਚ ਰਿਆ ਸੀ ਦਹੀਂ ਤੇ ਤੇ ਲੱਸੀ ਤੇ ਤਾਂ ਐਕਸਪਾਇਰੀ ਡੇਟ ਮੌਜੂਦ ਹੀ ਨਹੀਂ ਸੀ ਜਦੋਂ ਹੀ ਕਿਸਾਨ ਆਗੂ ਇਸ ਚੀਜ਼ ਨੂੰ ਦੇਖਦੇ ਨੇ ਤਾਂ ਨਾਲ ਦੀ ਨਾਲ ਸਿਹਤ ਮੰਤਰਾਲੇ ਤੱਕ ਪਹੁੰਚ ਕੀਤੀ ਜਾਂਦੀ ਹੈ ਗੱਲਬਾਤ ਕੀਤੀ ਜਾਂਦੀ ਹੈ ਤੇ ਜਦੋਂ ਸਿਹਤ ਜੋ ਵੀ ਅਧਿਕਾਰੀ ਹੁੰਦੇ ਨੇ ਉਹ ਆਉਂਦੇ ਨੇ ਉਹ ਸੈਂਪਲ ਲੈ ਕੇ ਚੈੱਕ ਕਰਦੇ ਨੇ ਤਾਂ ਜੋ ਪਨੀਰ ਹੁੰਦਾ ਹੈ ਪਨੀਰ ਤਾਂ ਬਹੁਤ ਗੰਦੀ ਕੁਆਲਿਟੀ ਦਾ ਪਾਇਆ ਜਾਂਦਾ ਹੈ ਇੱਥੇ ਹੀ ਸਿਹਤ ਵਿਭਾਗ ਦੇ ਆ ਜੋ ਅਧਿਕਾਰੀ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਤੁਸੀਂ ਲੋਕਾਂ ਦੀ ਜਾਨ ਲੈਣਾ ਚਾਹੁੰਦੇ ਹੋ ਜੇਕਰ ਲੋਕਾਂ ਨੂੰ ਤੁਹਾਡਾ ਪਨੀਰ ਤੇ ਇਹ ਕੁਝ ਖਾ ਕੇ ਕੁਝ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਏਗਾ ਪਰ ਵਾਹਨ ਚਾਲਕ ਦਾ ਕਹਿਣਾ ਸੀ ਕਿ ਉਹ ਸਿਰਫ ਲੱਸੀ ਵੇਚਣ ਦਾ ਕੰਮ ਕਰਦਾ ਹੈ ਮਸ਼ੀਨ ਦੇ ਖਰਾਬ ਹੋਣ ਕਰਕੇ ਉਸ ਤੋਂ ਐਕਸਪਾਇਰੀ ਡੇਟ ਨਹੀਂ છਪਾਈਗੀ ਤੇ ਦੁੱਧ ਉਹ ਕਿਸੇ ਕੰਪਨੀ ਦਾ ਵੇਚਦਾ ਹੈ ਜਿਸ ਕੰਪਨੀ ਦੇ ਉੱਤੇ ਨਾਮ ਦਰਜ ਸੀਗਾ ਪੈਕੇਟ ਦੇ ਉੱਤੇ ਜਿਵੇਂ ਕਿ ਲਿਖਿਆ ਹੀ ਹੁੰਦਾ ਜਿਹੜੀਆਂ ਕੰਪਨੀਆਂ ਹੁਣ ਦੁੱਧ ਵੇਚਦੀਆਂ ਨੇ ਤੁਸੀਂ ਉਹਨਾਂ ਨੂੰ ਸੋਚ ਸਕਦੇ ਹੋ ਕਿ ਉਹ ਕੰਪਨੀਆਂ ਦਾ ਦੁੱਧ ਕਿੰਨਾ ਖਰਾਬ ਹੋ ਸਕਦਾ ਹੋਏਗਾ ਸੋ ਐਕਸਪਾਇਰੀ ਡੇਟ ਵਾਲਾ ਦੁੱਧ ਸੀਗਾ ਉਹ ਜੋ ਵੇਚਿਆ ਜਾ ਰਿਹਾ ਸੀ ਪਨੀਰ ਦੀ ਕੁਆਲਿਟੀ ਬਹੁਤ ਜ਼ਿਆਦਾ ਘਟਿਆ ਸੋ ਜੇਕਰ ਤੁਸੀਂ ਵੀ ਬਾਜ਼ਾਰਾ ਤੋਂ ਦੁੱਧ ਦਹੀਂ ਕੋਈ ਵੀ ਡੈਰੀ ਪਦਾਰਥ ਲੈਣੇ ਹੋ ਤਾਂ ਉਸ ਦਾ ਜਾਇਜ਼ਾ ਜ਼ਰੂਰ ਲਿਆ ਕਰੋ ਤੁਹਾਨੂੰ ਪਤਾ ਨਹੀਂ ਕੀ ਗੰਦ ਖਵਾਇਆ ਜਾ ਰਿਹਾ ਹੈ ਜਾਂ ਫਿਰ ਪਿਆਇਆ ਜਾ ਰਿਹਾ ਹੈ